ਗੁੱਡ ਇਵਨਿੰਗ ਜੀ ਸਵਾਗਤ ਹੈ ਤੁਹਾਡਾ ੜੜਾ ੜੜਾ ਆਪਣੇ ਚੈਨਲ MSWU Study For Job ਦੇ ਵਿੱਚ ਤੁਸੀਂ ਹੋ ਰਹੇ ਹੋ MSWU Study For Job। ਔਰ ਗੱਲ ਕਰਦੇ ਹਾਂ ਪੰਜਾਬ ਵਿੱਚ ਹੋਣ ਵਾਲੇ ਐਗਜ਼ਾਮ PSAT 2018 ਜੋ ਕਿ ਪਹਿਲਾਂ ਨਹੀਂ ਹੋਇਆ ਔਰ 19 ਜੱਕੇ ਇਅਰ ਚੱਲ ਰਿਹਾ ਹੈ ਇਸ ਦੇ ਵਿੱਚ PSAT ਹੋਣ ਦੀ ਜਿਹੜੀ ਡੇਟ ਲਾਣੀ ਗਈ ਸੀ ਔਰ ਕੀ ਕਾਰਨ ਰਿਹਾ ਔਰ ਕਿਉਂ ਅਪਲਾਈ ਨਹੀਂ ਹੋਇਆ ਜਾਂ ਅਪਲਾਈ ਕਦ ਹੋਏਗਾ ਪੂਰੀ ਜਾਣਕਾਰੀ ਇਸ ਵੀਡੀਓ ਦੇ ਐਂਡ ਤੱਕ ਤੁਹਾਨੂੰ ਮਿਲ ਜਾਏਗੀ ਔਰ ਜੋ ਚੈਨਲ ਤੇ ਫਸਟ ਟਾਈਮ ਪੋਸਟ ਕਰ ਰਿਹਾ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਨੋਟੀਫਿਕੇਸ਼ਨ ਆਲ ਇੰਡੀਆ ਆਲ ਪੰਜਾਬ ਦੇ ਜੋਬ ਨਾਲ ਸੰਸਟਡੀ ਨਾਲ ਤੁਹਾਨੂੰ ਮਿਲਦੇ ਰਹਿਣਗੇ ਔਰ ਗੱਲ ਕਰਦੇ ਆ ਪੂਰੀ ਨਿਊਜ਼ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਦੁਬਾਰਾ ਇੱਕ ਵਾਰ ਫਿਰ ਤੋਂ ਔਰ ਤੁਹਾਡੇ ਨੇ ਇੱਕ ਨੋਟੀਫਿਕੇਸ਼ਨ ਜਿਹੜਾ ਸ਼ੇਅਰ ਕੀਤਾ ਸੀ ਕਿ ਜਿਸ ਦੇ ਵਿੱਚ ਜਿਹੜਾ 17 ਤਰੀਕ ਨੂੰ ਜਿਹੜਾ ਪੀਐਸਟੈਟ ਕੰਡਕਟ ਕਰਨ ਦੀ ਗੱਲ ਕੀਤੀ ਗਈ ਸੀ ਔਰ ਉਸ ਦਾ ਕੀ ਕਾਰਨ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਇਹ ਪੀਐ ਦੀ ਜਿਹੜੀ ਐਜੂਕੇਸ਼ਨਲ ਰਿਕਰੂਟਮੈਂਟ ਬੋਰਡ ਦੀ ਜਿਹੜੀ ਸਾਈਟ ਹੈਗੀ ਆ ਜਿਸ ਤੇ ਕਿ ਪੀਐਸਟੈਟ ਪਹਿਲਾਂ ਅਪਲਾਈ ਹੋਇਆ ਸੀ ਇਸ ਤੋਂ ਪਹਿਲਾਂ ਲਾਸਟ ইয়ার ਠੀਕ ਹੈ ਉਹ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਹਾਲੇ ਤੱਕ ਕੋਈ ਆਨਲਾਈਨ ਅਪਲਾਈ ਐਪਲੀਕੇਸ਼ਨ ਦਾ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ ਕਿਉਂਕਿ ਜਿਹੜਾ ਲਾਸਟ ਨੋਟੀਫਿਕੇਸ਼ਨ ਇੱਥੇ ਦਿੱਤਾ ਗਿਆ ਉਹ ਹੈ 9 7 2018 ਨੂੰ ਮਿਲਿਆ ਠੀਕ ਹੈ ਔਰ ਇਸ ਵੈਬਸਾਈਟ ਤੇ ਹੀ ਜਾਂ ਪੀਐਸਟੈਟ ਤੁਸੀਂ ਦੇਖਣ ਨੂੰ ਮਿਲੋਗਾ ਕਿ ਅਪਲਾਈ ਹੋਏਗਾ ਔਰ ਇਸਲਾ ਦੂਸਰੀ ਗੱਲ ਕੀਤੀ ਜਾਵੇ ਹੁਣ ਇਹ ਨਿਊਜ਼ ਫੇਕ ਹੈ ਜਾਂ ਨਹੀਂ ਹੈ ਉਸ ਦੀ ਜਾਣਕਾਰੀ ਤੁਹਾਨੂੰ ਦੱਸ ਦਿੰਦੇ ਆ ਦੂਸਰੀ ਇਹਨਾਂ ਦੀ ਵੈਬਸਾਈਟ ਹੁੰਦੀ ਹੈ ਐਸਆਰਟੀ ਔਰ ਐਸਆਰਟੀ ਦੁਬਾਰਾ ਵੀ ਜਿਹੜਾ ਪੀਐਸਟੈਟ ਨੂੰ ਕੰਡਕਟ ਕੀਤਾ ਹੈ ਤਾਂ ਔਰ ਐਸਆਰਟੀ ਤੇ ਵੀ ਜਿਹੜਾ ਲਾਸਟ ਨੋਟੀਫਿਕੇਸ਼ਨ ਹੈ ਦਾ 2 8 2019 ਦਾ ਔਰ ਪੀਐਸ ਟੈਟ ਬਾਰੇ ਕਿਤੇ ਵੀ ਦੂਰ ਦੂਰ ਇਥੇ ਜਿਹੜਾ ਨੋਟੀਫਿਕੇਸ਼ਨ ਜਾਂ ਕੋਈ ਗੱਲ ਨਹੀਂ ਕੀਤੀ ਗਈ ਔਰ ਤੀਸਰੀ ਗੱਲ ਕੀਤੀ ਹੋਵੇ ਤਾਂ ਇਹਨਾਂ ਨੇ ਜਿਹੜਾ ਨੋਟੀਫਿਕੇਸ਼ਨ ਇਸ ਵਾਰ ਆਊਟ ਹੋਇਆ ਸੀ ਇਹ ਵਾਲਾ ਤੁਸੀਂ ਦੇਖ ਸਕਦੇ ਹੋ ਔਰ ਇਸ ਵਾਲੇ ਨੋਟੀਫਿਕੇਸ਼ਨ ਚ ਗੱਲ ਕੀਤੀ ਗਈ ਸੀ ਪੀਐਸਬੀ ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਬੋਲ ਸਕਦੇ ਹਨ ਔਰ ਉਸ ਦੀ ਵੈਬਸਾਈਟ ਤੇ ਜਿਹੜਾ ਨੋਟੀਫਿਕੇਸ਼ਨ ਆਊਟ ਹੋਵੇਗਾ ਉਸ ਤੇ ਜਿਹੜਾ ਤੁਹਾਨੂੰ ਜਾਣਕਾਰੀ ਮਿਲੀ ਗਈ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਵੈਬਸਾਈਟ ਤੇ ਜਿਹੜਾ ਪਹਿਲਾਂ 2015 ਵਿੱਚ ਪੀਐਸ ਟੈਟ ਹੋਇਆ ਸੀ ਔਰ ਉਸ ਦੀ ਐਡਵਰਟਾਈਜ਼ਮੈਂਟ ਦੀ ਜਿਹੜੇ ਨੋਟੀਫਿਕੇਸ਼ਨ ਹਾਲੇ ਤੱਕ ਜਿਹੜੇ ਇੱਥੇ ਸ਼ੋ ਹੋ ਰਹੇ ਨੇ ਔਰ ਨਵਾਂ 2018 ਪੀਐਸਟੈਟ ਦਾ ਕੋਈ ਨੋਟੀਫਿਕੇਸ਼ਨ ਇੱਥੇ ਨਹੀਂ ਦਿੱਤਾ ਗਿਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਡੇਟ ਐਕਸਟੈਂਡ ਦੱਸੀ ਗਈ ਸੀ ਪਹਿਲਾਂ 2015 ਜੋ ਕਿ ਪੀਐਸਟੈਟ ਹੋਇਆ ਸੀ ਹੁਣ ਗੱਲ ਇੱਥੇ ਇਹ ਹੈ ਕਿ ਜਿਹੜਾ ਇਹ ਵਾਲਾ ਨੋਟੀਫਿਕੇਸ਼ਨ ਹੈਗਾ ਕਿ ਇਹ ਅਫੀਸ਼ੀਅਲ ਹੈ ਜਾਂ ਇਹ ਫੇਕ ਹੈ ਠੀਕ ਹੈ ਜਿਹੜੇ ਵੀ ਕਮੈਂਟ ਆ ਰਹੇ ਨੇ ਔਰ ਮੈਂ ਤੁਹਾਨੂੰ ਇੱਥੇ ਗੱਲ ਦੱਸਦਾ ਕਿ ਇਹ ਨੋਟੀਫਿਕੇਸ਼ਨ ਨੂੰ ਅਸੀਂ ਫੇਕ ਨਹੀਂ ਕਹਿ ਸਕਦੇ ਕਿਉਂ ਨਹੀਂ ਫੇਕ ਕਹਿ ਸਕਦੇ ਆਗਰ ਇਹ ਨੋਟੀਫਿਕੇਸ਼ਨ ਫੇਕ ਹੋਏ ਅਗਰ ਇਹ ਨੋਟੀਫਿਕੇਸ਼ਨ ਫੇਕ ਹੈਗਾ ਤਾਂ ਹੁਣ ਤੱਕ ਜਿੰਨਾ ਸੋਸ਼ਲ ਮੀਡੀਆ ਤੇ ਨੋਟੀਫਿਕੇਸ਼ਨ ਆਊਟ ਹੋ ਚੁੱਕਿਆ ਔਰ 15 ਤਰੀਕ ਦਾ ਤੁਸੀਂ ਦੇਖ ਸਕਦੇ ਹੋ ਔਰ ਵਿਭਾਗ ਦੇ ਵੱਲੋਂ ਪੁਸ਼ਟੀ ਕਿਉਂ ਨਹੀਂ ਕੀਤੀ ਗਈ ਔਰ ਪਾਗ ਦੇ ਵੱਲੋਂ ਕੋਈ ਨੋਟੀਫਿਕੇਸ਼ਨ ਕਿਉਂ ਨਹੀਂ ਐਲਾਨ ਕੀਤਾ ਗਿਆ ਕਿ ਇਹ ਫੇਕ ਨੋਟੀਫਿਕੇਸ਼ਨ ਹੈਗਾ ਔਰ ਇਹ ਨੋਟੀਫਿਕੇਸ਼ਨ ਬਿਲਕੁਲ ਹੀ ਵਿਭਾਗ ਦੇ ਵਿੱਚੋਂ ਹੀ ਜਿਹੜਾ ਕਿਤੇ ਨਾ ਕਿਤੋਂ ਲੀਕ ਹੋਇਆ ਹੈਗਾ ਔਰ ਅੰਦਰੂਨੀ ਉਹਨਾਂ ਦੀ ਜਿਹੜੀ ਵਿਭਾਗ ਦੀ ਕਾਰਵਾਈ ਦੇ ਅਧੀਨ ਜਿਹੜਾ ਇਹ ਨੋਟੀਫਿਕੇਸ਼ਨ ਬਾਹਰ ਆਇਆ ਹੈਗਾ ਔਰ ਜਿੱਥੇ ਵੀ ਤੁਸੀਂ ਦੇਖਦੇ ਹੋ ਕੰਟਰੋਲਰ ਪ੍ਰੀਖਿਆ ਦੇ ਇਥੇ ਸਾਈਨ ਵੀ ਮਿਲਦੇ ਆ ਤੁਹਾਨੂੰ ਔਰ ਡੇਟ ਵੀ ਮਿਲਦੀ ਹੈ ਠੀਕ ਹੈ ਔਰ ਇਸ ਤੋਂ ਪਹਿਲਾਂ ਨੋਟੀਫਿਕੇਸ਼ਨ ਕਿਉਂ ਨਹੀਂ ਆਊਟ ਹੋਇਆ ਔਰ ਜੇਕਰ ਫੇਕ ਹੈਗਾ ਤਾਂ ਵਿਭਾਗ ਪੁਸ਼ਟੀ ਕਿਉਂ ਗਿਆ ਔਰ ਇੱਕ ਹਫਤੇ ਦੇ ਵਿੱਚ ਵਿਪາກ ਇੱਥੇ ਸੁੱਤਾ ਪਿਆ ਹੈ ਠੀਕ ਹੈ ਤਾਂ ਇਸ ਨੋਟੀਫਿਕੇਸ਼ਨ ਦੇ ਵਿੱਚ ਕੁਝ ਰਾਜ਼ ਹੈਗਾ ਔਰ ਪੀਐਸ ਟੈਟ ਇਸੇ ਹੀ ਸਾਲ 2019 ਦੇ ਵਿੱਚ ਹੋਵੇਗਾ ਹੀ ਹੋਵੇਗਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੇ ਵਿੱਚ ਇੱਕ ਵਾਰ ਪੀਐਸ ਟੈਟ ਕੰਡਕਟ ਕਰਨਾ ਜ਼ਰੂਰੀ ਹੁੰਦਾ ਹੈ ਹੁਣ ਦੂਸਰਾ ਸਾਲ ਜਿਹੜਾ ਲੰਘਦਾ ਜਾ ਰਿਹਾ ਔਰ ਇੱਥੇ ਜਿਹੜਾ ਇਹ ਗੜਬੜੀ ਜਿਹੜੀ ਹੋਈ ਹੈ ਇਹ ਪੀਐਸ ਟੈਟ ਦੀ ਅਫੀਸ਼ੀਅਲ ਹੀ ਮੰਨੀ ਜਾਏਗੀ ਔਰ ਜਦੋਂ ਵੀ ਪੀਐਸਟੈਟ ਦਾ ਕੋਈ ਇਹਨਾਂ ਤਿੰਨ ਵੈਬਸਾਈਟ ਤੇ ਕੋਈ ਅਫੀਸ਼ੀਅਲ ਨੋਟੀਫਿਕੇਸ਼ਨ ਆਨਲਾਈਨ ਰਜਿਸਟਰਡ ਦਾ ਦੁਆਰਾ ਮਿਲੇਗਾ ਤੁਹਾਨੂੰ ਤਾਂ ਸਭ ਤੋਂ ਪਹਿਲਾਂ ਤੁਹਾਡੇ ਲਈ ਲੈ ਕੇ ਆਵਾਂਗੇ ਤੁਸੀਂ ਇਸ ਨੋਟੀਫਿਕੇਸ਼ਨ ਨੂੰ ਫੇਕ ਨਹੀਂ ਸਮਝਣਾ ਕਿਉਂਕਿ 2019 ਤੋਂ ਬਾਅਦ ਪੀਐਸਟੈਟ ਲੈਣਾ ਸਰਕਾਰ ਲਈ ਔਰ ਸਿੱਖਿਆ ਵਿਭਾਗ ਦੇ ਲਈ ਲੱਖ ਲਾਂਤਾਲਾ ਕੰਮ ਹੋਵੇਗਾ ਕਿਉਂਕਿ ਇੱਕ ਸਾਲ ਦੇ ਵਿੱਚ ਇੱਕ ਵਾਰ ਜ਼ਰੂਰ ਹੁੰਦਾ ਔਰ ਦੋ ਸਾਲ ਦੇ ਵਿੱਚ ਇੱਕ ਵਾਰੀ ਕਰਨਗੇ ਤਾਂ ਇਹਨਾਂ ਲਈ ਜਿਹੜੀ ਇੱਕ ਮੁਸ਼ਕਿਲ ਦੀ ਘੜੀ ਹੋਵੇਗੀ ਠੀਕ ਹੈ ਸਿੱਖਿਆ ਪਾਗ ਦੇ ਲਈ ਤਾਂ ਇਸੇ ਲਈ 2019 ਦੇ ਵਿੱਚ ਹੀ ਲਗਭਗ ਇਹ ਪੀਐਸਟੈਟ ਕੰਡਕਟ ਹੋਵੇਗੀ ਹੋਵੇਗਾ ਠੀਕ ਹੈ ਜੀ ਜੇਕਰ ਤੁਹਾਨੂੰ ਇਹ ਇਨਫਰਮੇਸ਼ਨ ਵਧੀਆ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜਦੋਂ ਵੀ ਕੋਈ ਪੀਐਸਟੈਟ ਦਾ ਆਨ ਰਜਿਸਟ੍ਰੇਸ਼ਨ ਦਾ ਨੋਟੀਫਿਕੇਸ਼ਨ ਤੁਹਾਨੂੰ ਹੀ ਵੈਬਸਾਈਟ ਤੇ ਆਵੇਗਾ ਤੁਹਾਡੇ ਲਈ ਸਭ ਤੋਂ ਪਹਿਲਾਂ ਲੈ ਕੇ ਆਵਾਂਗੇ ਔਰ ਕਿਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਹੋ ਪੂਰੀ ਜਾਣਕਾਰੀ ਮਿਲ ਜੇਗੀ ਔਰ ਇਸ ਤਰ੍ਹਾਂ ਜੇਕਰ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਤਾਂ ਸਾਡੇ ਚੈਨਲ ਤੇ ਜੁੜ ਕੇ ਸਾਰੇ ਹੀ ਸਬਜੈਕਟ ਦੀ ਔਰ ਪੇਪਰ 1 ਪੇਪਰ 2 ਦੀ ਤਿਆਰੀ ਕਰ ਸਕਦੇ ਹੋ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਸੋਸ਼ਲ ਸਾਇੰਸ ਦੇ ਜਿਹੜਾ ਆਲ ਪੀਡੀਐਫਸ ਨੋਟਸ ਜਿਹੜੇ ਕਹਿ ਸਕਦੇ ਹਾਂ ਆਪਾਂ ਪੀਐਸਟੈਟ ਦੀ ਜਿਹੜੇ ਪ੍ਰੈਪਰੇਸ਼ਨ ਦੇ ਮਿਲ ਜਾਣਗੇ ਬ ਇਹ ਫਰਖੇ ਗਿਆ ਤੁਸੀਂ ਉਹ ਪੀਡੀਫ ਖਰੀਦਣ ਲਈ ਇਹਨਾਂ ਵੀਡੀਓ ਫਲੈਸ਼ ਹੋ ਰਹੀਆਂ ਇਦਾਂ ਤੋਂ ਜਾ ਕੇ ਖਰੀਦ ਸਕਦੇ ਹੋ ਜਾਂ ਸਾਡਾ ਦੂਸਰਾ ਚੈਨਲ ਹੈ ਐਚ ਆਰ ਐਗਜ਼ਾਮ ਉਸ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਮਾਸਟਰਕੀਡ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਠੀਕ ਹੈ ਜੀ ਆ ਉਸ ਜਿਹੜਾ ਤੁਹਾਡੀ ਸੋਸ਼ਲ ਸਾਇੰਸ ਜੋ ਕਿ 60 ਨੰਬਰਾਂ ਦੇ ਪੁੱਛੀ ਜਾਂਦੀ ਹੈ ਔਰ ਜੋ ਕਿ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਜਿਹੜੇ ਕਵੈਸਚਨ ਪੁੱਛੇ ਜਾਂਦੇ ਨੇ ਸੋਸ਼ਲ ਸਾਇੰਸ ਦੀ ਜਿਸ ਨੂੰ ਆਪਾਂ ਸਮਾਜਿਕ ਸਿੱਖਿਆ ਬੋਲ ਸਕਦੇ ਹਾਂ ਔਰ ਉਸਦੇ ਪੀਡੀਐਫ ਨੋਟਸ ਜਿਹੜੇ ਤੁਹਾਨੂੰ ਬਿਲਕੁਲ ਸਮਾਲ ਕੋਸਟ ਦੇ ਵਿੱਚ ਜਿਹੜਾ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਔਰ ਇਸ ਤੋਂ ਪਹਿਲਾਂ ਇਹ ਪੀਡੀਐਫ ਨੋਟਸ ਤੁਹਾਨੂੰ 10 ਰੁਪਏ ਦੇ ਵਿੱਚ ਹੀ ਦਿੱਤੇ ਗਏ ਸੀ ਔਰ ਅੱਜ ਇਹਨਾਂ ਦੀ ਜਿਹੜੀ ਕੀਮਤ ਰੱਖੀ ਗਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿੰਨੀ ਹੈ ਗਈ ਹੈ ਔਰ ਸਿਰਫ 5 ਦਿਨਾਂ ਦੇ ਆਫਰ ਦੇ ਵਿੱਚ ਹੀ ਤੁਸੀਂ ਇਹ ਪੀਡੀਐਫ ਨੋਟਸ ਲੈ ਸਕਦੇ ਹੋ ਉਸ ਤੋਂ ਬਾਅਦ ਇਹਦੀ ਕੀਮਤ ਜਿਹੜੀ ਥੋੜੀ ਜੀ ਗੇਨ ਹੋ ਸਕਦੀ ਹੈ ਔਰ ਤੁਹਾਨੂੰ ਮੈਂ ਸਾਰੇ ਨੋਟਸ ਦਿਖਾ ਦਿੰਦਾ ਔਰ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਔਰ ਜੋ ਲੈਣਾ ਚਾਹੁੰਦਾ ਹੈ ਨੋਟਸ ਲੈ ਸਕਦਾ ਔਰ ਤੁਹਾਨੂੰ ਮੈਥਡ ਦੱਸ ਦੇਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਨੋਟਸ ਪ੍ਰਾਪਤ ਕਰਨਾ ਹੈ ਔਰ ਮੈਂ ਇੱਕ ਵਾਰੀ ਤੁਹਾਨੂੰ ਨੋਟਸ ਸਾਰੇ ਕੰਪਲੀਟ ਦਿਖਾ ਦਿੰਦਾ ਔਰ ਜਿਸ ਦੇ ਵਿੱਚ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਸਾਰੇ ਹੀ ਕੁਐਸਚਨ ਕਵਰ ਕੀਤੇ ਜਾਣਗੇ ਔਰ 60 ਦੇ ਵਿੱਚੋਂ ਲਗਭਗ ਤੁਹਾਡੇ 50 ਅੰਕ ਜਿਹੜੇ ਇੱਥੋਂ ਹੀ ਆ ਜਾਣਗੇ ਔਰ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਪਵੇਗੀ ਔਰ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਨੋਟਸ ਹੈਗੇ ਆ ਔਰ ਜੀਓਗ੍ਰਾਫੀ ਹੈਗੀ ਸਭ ਤੋਂ ਪਹਿਲਾਂ ਔਰ ਜੀਓਗ੍ਰਾਫੀ ਦੇ ਨਾਲ-ਨਾਲ ਵੀ ਇਹ ਤੁਹਾਨੂੰ ਦੇਖਣ ਨੂੰ ਮਿਲੇਗੀ ਫਿਰ ਅ ਕਹਿ ਸਕਦੇ ਆਪਾਂ ਇੱਕ ਇੱਕ ਕਲਾਸ ਦੀ ਜਿਹੜੀ ਜੀਓਗ੍ਰਾਫੀ ਤੋਂ ਬਾਅਦ ਸਵਿਖਸ ਹੋਏਗੀ ਇਸ ਤਰ੍ਹਾਂ ਸਵਿਖਸ ਤੋਂ ਬਾਅਦ ਫਿਰ ਹਿਸਟਰੀ ਹੋਏਗੀ ਠੀਕ ਹੈ ਆ ਦੇਖੋ ਇਹ 7ਵੀਂ ਕਲਾਸ ਦੀ ਜੇ ਕੱਲ ਕਰ ਗੱਲ ਕੀਤੀ ਜਾਵੇ ਜੀਓਗ੍ਰਾਫੀ ਹੋਏਗੀ ਉਸ ਤੋਂ ਬਾਅਦ ਫਿਰ ਨੈਕਸਟ ਤੁਸੀਂ ਚਲੋਗੇ ਇਸ ਤਰ੍ਹਾਂ 7ਵੀਂ ਕਲਾਸ ਦੀ ਹਿਸਟਰੀ ਆਏਗੀ ਔਰ ਉਸੇ ਤਰ੍ਹਾਂ ਕੇ ਸਵਿਕਸ ਆਏਗੀ ਇਸ ਤਰ੍ਹਾਂ 8ਥ ਕਲਾਸ ਦੀ ਆਏਗੀ ਠੀਕ ਹੈ ਕੰਪਲੀਟ ਸਟੱਡੀ ਨੋਟਸ ਹੈਗੇ ਆ ਔਰ ਬੈਸਟ ਸਟੱਡੀ ਨੋਟਸ ਹੈਗੇ ਆ ਔਰ ਤੁਸੀਂ ਇੱਥੋਂ ਹੀ ਕੁਆਲੀਫਾਈ ਕਰ ਸਕਦੇ ਹੋ ਔਰ ਜੇਕਰ ਨੋਟਸ ਲੈਣਾ ਚਾਹੁੰਦੇ ਹੋ ਮੈਂ ਤੁਹਾਨੂੰ ਇਹ ਮੈਥਡ ਦੱਸ ਦਿੰਦਾ ਕਿਸ ਤਰ੍ਹਾਂ ਪ੍ਰਾਪਤ ਕਰਨੇ ਆ ਔਰ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਸ ਲੈਣ ਦਾ ਤਰੀਕਾ ਰਹੇਗਾ ਉਹ ਹੈਗਾ 30% ਓਨਲੀ ਹੋਏਗਾ 5 ਡੇਸ ਠੀਕ ਹੈ ਪਹਿਲੇ 5 ਡੇ ਅੱਜ ਤੋਂ ਤੁਸੀਂ ਜੇਕਰ ਇਹ ਨੋਟਸ ਲੈਣਾ ਚਾਹੁੰਦੇ ਹੋ ਠੀਕ ਹੈ ਓਨਲੀ 30 ਰੁਪੀ ਤੁਹਾਨੂੰ ਮਿਲ ਜਾਣਗੇ ਠੀਕ ਹੈ ਸਾਰਾ ਹੀ ਜਿਹੜਾ 6th ਕਲਾਸ ਲੈ ਕੇ 8th ਕਲਾਸ ਤੱਕ ਕਵਰ ਤੁਹਾਡਾ ਹੋ ਜਾਏਗਾ ਸੋਸ਼ਲ ਸਾਇੰਸ ਔਰ ਨੈਕਸਟ ਆਲ ਡੇ ਜਿਹੜਾ ਤੁਹਾਨੂੰ ਨੋਟਸ ਇਹ 50 ਰੁਪੀ ਦੇ ਵਿੱਚ ਦੇਖਣ ਨੂੰ ਮਿਲਣਗੇ ਠੀਕ ਹੈ ਔਰ 50 ਤੋਂ ਵੀ ਗੇਨ ਹੋ ਸਕਦੇ ਆ ਔਰ ਤੁਹਾਡੇ ਕੋਲ 5 ਡੇਸ ਹੈਗੇ ਆ ਕਿ ਤੁਸੀਂ ਇਹ ਨੋਟਸ ਓਨਲੀ ਔਨ ਜਿਹੜਾ 30 ਰੁਪੀ ਦੇ ਵਿੱਚ ਲੈ ਸਕਦੇ ਹੋ ਔਰ ਕੋਈ ਵੀ ਇੱਥੇ ਤੁਹਾਡੇ ਲਈ ਕੋਈ ਧੋਖਾ ਨਹੀਂ ਕੀਤਾ ਜਾਏਗਾ ਕੋਈ ਫੇਕ ਨਹੀਂ ਹੋਏਗਾ ਠੀਕ ਹੈ ਜਦੋਂ ਹੀ ਤੁਸੀਂ WhatsApp ਤੇ ਸਾਨੂੰ ਇਸ ਤਰ੍ਹਾਂ ਸਕਰੀਨਸ਼ਾਟ ਭੇਜੋਗੇ ਔਰ ਸਾਡੇ WhatsApp ਨੰਬਰ ਰਹੇਗਾ ਠੀਕ ਹੈ ਔਰ WhatsApp ਨੰਬਰ ਰਹੇਗਾ 9878731752 ਔਰ ਇਸ WhatsApp ਨੰਬਰ ਤੇ ਤੁਸੀਂ ਸਕਰੀਨਸ਼ਾਟ ਭੇਜੋਗੇ ਪੇਮੈਂਟ ਦਾ ਪੇਮੈਂਟ ਤੁਸੀਂ ਕਿਸ ਤਰ੍ਹਾਂ ਕਰਨੀ ਹੈ ਮੈਂ ਤੁਹਾਨੂੰ ਦੱਸ ਦਿੰਦਾ ਔਰ Paytm ਹੈ ਤੁਹਾਡੇ ਕੋਲ ਉਸ ਤਰ੍ਹਾਂ ਕਰ ਸਕਦੇ ਹੋ ਔਰ ਪੇ ਫੋਨ ਹੈ ਉਸ ਰਾਹੀਂ ਵੀ ਕਰ ਸਕਦੇ ਹੋ ਔਰ Google Pay ਚੱਲਦਾ ਤੁਹਾਡੇ ਕੋਲ ਉਸ ਰਾਹੀਂ ਵੀ ਕਰ ਸਕਦੇ ਹੋ ਔਰ 30 ਰੁਪਏ ਦੀ ਓਨਲੀ ਤੁਸੀਂ ਪੇਮੈਂਟ ਕਰਨੀ ਹੋ ਗਈ ਜਦੋਂ ਹੀ ਤੁਸੀਂ ਪੇਮੈਂਟ ਸਕਸੈਸਫੁਲ ਹੋਏਗੀ ਤੁਹਾਡੇ ਕੋਲ ਇੱਕ ਸਕਰੀਨਸ਼ਾਟ ਉਸ ਦਾ ਲੈ ਲੈਣਾ ਪੇਮੈਂਟ ਦਾ ਔਰ ਇਸੇ WhatsApp ਨੰਬਰ ਤੇ ਤੁਸੀਂ 9878731 752 ਤੇ ਤੁਸੀਂ ਜਿਹੜਾ ਉਹ ਸਕਰੀਨਸ਼ਾਟ ਭੇਜ ਦੇਣਾ ਔਰ ਜਦੋਂ ਹੀ ਤੁਹਾਡਾ ਸਕਰੀਨਸ਼ਾਟ ਰੀਸੀਵ ਹੋਏਗਾ ਮੈਸੇਜ ਤੁਹਾਡਾ ਰੀਸੀਵ ਹੋ ਗਿਆ ਤੁਰੰਤ ਹੀ ਜਿਹੜਾ ਤੁਹਾਨੂੰ ਇਹ ਪੀਡੀਐਫ ਨੋਟਸ ਜਿਹੜਾ ਪ੍ਰੋਵਾਈਡ ਕਰਾ ਦਿੱਤੇ ਜਾਣਗੇ ਠੀਕ ਹੈ ਅਗਰ ਜੇ ਤਰਫ ਤੁਸੀਂ ਪੇਟੀਐਮ ਔਰ ਗੂਗਲ ਪੇ ਔਰ ਪੇਫੋਨ ਨਹੀਂ ਯੂਜ਼ ਕਰ ਸਕਦੇ ਔਰ ਤੁਹਾਨੂੰ ਇਸ ਦੇ ਬਾਰੇ ਕੋਈ ਜਾਣਚ ਨਹੀਂ ਹੈ ਤਾਂ ਆਪਣੇ ਕਿਸੇ ਦੋਸਤ ਮਿੱਤਰ ਔਰ ਫਰੈਂਡ ਤੋਂ ਵੀ ਤੁਸੀਂ ਜਿਹੜਾ PDF ਸ਼ੇਅਰ ਕਰਾ ਸਕਦੇ ਹੋ ਜਾਂ ਉਹਨਾਂ ਤੋਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਸਕਦੇ ਹੋ ਔਰ ਇਸ WhatsApp ਨੰਬਰ ਤੇ ਜਿਹੜਾ ਸ਼ੇਅਰ ਕਰ ਸਕਦੇ ਹੋ WhatsApp ਨੰਬਰ ਵੀ ਇਹੀ ਰਹੇਗਾ ਔਰ ਤਿੰਨੋਂ ਹੀ ਮੈਥਡ ਜਿਹੜੇ ਪੇਮੈਂਟ ਦੇ ਉਹਨਾਂ ਲਈ ਵੀ ਇਹੀ ਨੰਬਰ ਸੇਮ ਰਹੇਗਾ ਠੀਕ ਹੈ ਜੀ ਆਸ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਔਰ ਜ਼ਬਰਦਸਤੀ ਕੋਈ ਨਹੀਂ ਹੈਗੀ ਕਿਸੇ ਨਾਲ ਜੋ ਨੋਟਸ ਲੈਣਾ ਚਾਹੁੰਦੇ ਆ ਉਹੀ ਜਿਹੜਾ ਪੇਮੈਂਟ ਕਰ ਸਕਦੇ ਆ ਥੈਂਕ ਯੂ ਸੋ ਮਚ ਟੇਕ ਕੇਅਰ ਬਾਏ ਬਾਏ